ਆਟੋ ਵਾਲੇ ਦੀ ਤੇਜ਼ ਰਫਤਾਰੀ ਦੇ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇਹ ਟੈਂਪੂ ਇੱਕ ਪਿਕਅਪ ਗੱਡੀ ਦੇ ਨਾਲ ਜਾ ਟਕਰਾਇਆ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ, ਸੜਕ ਵਿਚਕਾਰ ਚੀਕ ਚਿਹਾੜਾ ਮੱਚ ਗਿਆ ਤੇ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਟੈਂਪੂ ਅਤੇ ਪਿਕਅਪ ਗੱਡੀ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਦੇ ਵਿੱਚ ਪਿਕਅਪ ਗੱਡੀ ਦੀ ਅੱਧੀ ਬਾਡੀ ਹੀ ਉੱਡ ਗਈ। ਟੈਂਪੂ ਦੇ ਓਵਰਟੇਕ ਕਰਨ ਦੇ ਸਮੇਂ ਇਹ ਹਾਦਸਾ ਵਾਪਰਿਆ। ਪਿਕਅਪ ਗੱਡੀ ਦੇ ਵਿੱਚ ਸਵਾਰ ਦਰਜਨਾਂ ਲੋਕ ਜ਼ਖਮੀ ਹੋ ਗਏ ਨੇ। ਇਹ ਹਾਦਸਾ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਜੋਲੀ ਦੇ ਕੋਲ ਵਾਪਰਿਆ, ਜਦੋਂ ਆਮੋ ਸਾਹਮਣੇ ਇਹਨਾਂ ਦੋਵੇਂ ਵਾਹਨਾਂ ਦੀ ਟੱਕਰ ਹੋ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਅਜੋਲੀ ਦੇ ਕੋਲ ਇੱਕ ਡਿਲੀਵਰੀ ਵਾਲੀ ਗੱਡੀ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਇਸ ਬਲੈਰੋ ਗੱਡੀ ਦੇ ਵਿੱਚ ਕਈ ਲੋਕ ਸਵਾਰ ਸਨ ਜੋ ਆਪਣੇ ਕੰਮ ਤੇ ਜਾ ਰਹੇ ਸਨ, ਜਿਸ ਕਾਰਨ ਅੱਧਾ ਦਰਜਨ ਤੋਂ ਵੀ ਵੱਧ ਵਿਅਕਤੀ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਦਾ ਪਿਛਲਾ ਡਾਲਾ ਹੀ ਟੁੱਟ ਗਿਆ ਅਤੇ ਡਿਲੀਵਰੀ ਵੈਨ ਦੇ ਵਿੱਚ ਬੈਠਾ ਡਰਾਈਵਰ ਵੀ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਮੌਕੇ ਤੇ ਪਹੁੰਚੀ SSF ਦੀ ਟੀਮ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਕਰੀਬ ਜਿਹੜੇ 4-5 ਪੇਸ਼ੈਂਟਸ ਆਏ ਸਾਡੇ ਕੋਲ, ਭਨੁੱਕਲੀ ਕੋਲ ਐਕਸੀਡੈਂਟ ਹੋਇਆ ਤੇ ਵਿੱਚ ਦੋ ਜਿਹੜੇ ਜ਼ਿਆਦਾ ਸੀਰੀਅਸ ਹੈਗੇ, ਇੱਕ ਦੀ ਲੱਤ ਵੀ ਟੁੱਟੀ ਹੈ, ਬਾਂਹ ਵੀ ਟੁੱਟੀ ਹੈ ਤੇ ਦੂਸਰੇ ਦੀ ਜਿਹੜੀ ਇੱਕ ਲੱਤ 'ਚ ਫ੍ਰੈਕਚਰ ਹੈ। ਬਾਕੀ ਜਿਹੜੇ ਮਾਮੂਲੀ ਸੱਟਾਂ ਆ ਉਹਨਾਂ ਦਾ ਇਲਾਜ ਕਰਕੇ ਘਰ ਭੇਜ ਦਿੱਤਾ। ਸਾਨੂੰ ਰੋਡ ਤੋਂ ਵੈਸੇ ਆਇਆ ਸੀ ਕਿ ਅਜੋਲੀ ਮੋੜ ਕੋਲ ਐਕਸੀਡੈਂਟ, ਇਹ ਗੱਡੀ 8 ਬੰਦੇ ਸੀਗੇ, ਇੱਕ ਜੋ ਇਕੱਲਾ ਸੀਗਾ ਬਗਾ ਮਾਲ ਸਪਲਾਈ ਕਰਦਾ, ਵਿੱਚ ਤਾਂ 5 ਇੰਜਰਡ ਹੋ ਗਏ। ਉਹ ਤਾਂ ਲੇਸ ਪਹਿਲੇ ਇਹ ਬੰਦਾ ਇੱਕ ਵਿੱਚ ਗੱਡੀ ਫਸਿਆ ਤਾਂ ਅਸੀਂ ਟਰੈਕਟਰੀ ਬਦਲ ਕਢਾਏ ਨੂੰ ਖੇਡੋ ਚਲਾ ਜਵਾ ਕੇ ਇਹਨੂੰ ਅਸੀਂ ਆਪਣੀ ਗੱਡੀ ਲੈ ਕੇ ਆਏ ਆ। ਬਾਕੀ ਬਾਅਦ 'ਚ ਦੇਖਦੇ ਹਾਂ ਆਪਣਾ। ਬ੍ਰਹਮਪੁਰ ਤੋਂ ਅੱਗੇ ਅਜੋਲੀ ਕੋਲੋਂ ਹੋਇਆ ਜੀ। ਕਿਆ ਸਰ ਵਾਰਦਾਤ ਕਿੱਦਾਂ ਹੋਈ? ਹਾਂਜੀ ਕਿੱਦਾਂ ਹੋਈ ਸਰ, ਕਿੰਨੇ ਬੰਦੇ ਸੀ ਤੁਹਾਡੇ? ਸਾਢੇ 8 ਬੰਦੇ ਸੀ ਜੀ। ਕੱਚ ਵਜੇ ਕਿੱਦਾਂ ਲੱਗਿਆ ਪਤਾ? ਸਾਹਮਣੇ ਤੋਂ ਇੱਕ ਟੈਂਪੂ ਆ ਰਿਹਾ ਸੀ ਜੀ, ਬਲੈਰੋ, ਉਹਨੇ ਓਵਰਟੇਕ ਕਰ ਰਿਹਾ ਸੀ, ਉਹਨੇ ਲਿਆ ਕੇ ਵਿੱਚ ਮਾਰਿਆ ਜੀ। ਕਿੰਨੇ ਬੰਦੇ ਇੰਜਰਡ ਆ ਤੁਹਾਡੇ? ਸਾਢੇ 5 ਬੰਦੇ ਇੰਜਰਡ ਆ ਜੀ। ਉਹ ਸੀਰੀਅਸ ਤਾਂ ਨਹੀਂ? ਸੀਰੀਅਸ ਨਹੀਂ ਹੈ ਜੀ। ਇਹ ਭਾਈ ਹਾਥੀ ਟੈਂਪੂ ਵਾਲਾ ਨੰਗਲ ਨੂੰ ਜਾ ਰਿਹਾ ਤਾ ਜੀ, ਇੱਧਰ RRB ਵਾਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ, ਇਹ ਓਵਰਟੇਕ ਕਰਦਾ ਤਾ ਟੈਂਕਰ ਵਾਲਿਆਂ ਨੂੰ ਜੀ, ਹਾਥੀ ਟੈਂਪੂ ਵਾਲਾ। ਠੀਕ ਹੈ ਜੀ, ਅੱਗੇ ਜਾ ਕੇ ਅਨਬੈਲੈਂਸ ਹੋਇਆ ਜਿੱਦਾਂ ਇਹ RRB ਵਾਲੇ ਦੇ ਟੈਂਪੂ ਵਿੱਚ ਵੱਜਿਆ ਜਾ ਰਿਹਾ। ਠੀਕ ਹੈ ਜੀ, ਇਹ ਕੇਂਦਰ ਵੜ ਗਿਆ ਹੈਗਾ ਜੀ, ਇਹਦਾ ਬਾਡੀ ਖਿਲਰ ਗਿਆ, ਇੱਥੇ ਡਿੱਗ ਗਿਆ, ਬਾਕੀ ਬੰਦਿਆਂ ਦਾ ਲੱਤਾਂ ਬਾਹਾਂ ਟੁੱਟ ਗਈਆਂ ਜੀ। ਕਿੰਨੇ ਦੇ ਸੱਟ ਲੱਗੀ ਹੈ ਜੀ? 4 ਬੰਦੇ RRB ਵਾਲਿਆਂ ਦੇ, ਇੱਕ ਹਾਥੀ ਟੈਂਪੂ ਵਾਲਿਆਂ ਦੇ। ਬੰਦੇ ਕਿੱਥੇ ਹੈ ਜੀ? ਹੈ ਜੀ, ਬੰਦੇ ਕਿੱਥੇ ਹੈ ਜੀ? ਇਹ ਬੰਦੇ ਜਿਹੜੇ RRB ਵਾਲਿਆਂ ਦੇ ਲੋਕਲ ਹੈ ਜੀ, ਇਹ ਚੰਡੀਗੜ੍ਹ ਵੱਲ ਦਾ ਜੀ, ਹਾਥੀ ਟੈਂਪੂ ਵਾਲਾ ਜਿਹੜਾ। ਹੁਣ ਕਿੱਥੇ ਲੈ ਕੇ ਗਏ ਉਹਨਾਂ? ਇਹਨਾਂ ਨੂੰ ਲੈ ਗਏ ਜੀ ਉਦੋਂ ਸਿਵਲ ਹਸਪੀਟਲ 'ਚ ਲੈ ਗਏ ਨੰਗਲ ਜੀ। ਕਿਵੇਂ ਲੈ ਕੇ ਗਏ? ਇਹਨਾਂ ਨੂੰ 112 ਦੇ ਕਾਲ ਕੀਤੀ ਸੀ, ਫਿਰ 108 ਨੰਬਰ ਵੀ ਆ ਗਏ ਅਤੇ ਇਹ ਵੀ ਆ ਗਈ SS ਵਾਲਿਆਂ ਦੀ ਗੱਡੀ। SSF ਦੀ ਵੀ ਆ ਗਈ? ਹਾਂਜੀ ਹਾਂਜੀ। ਅਜੋਲੀ ਪਿੰਡ ਬ੍ਰਹਮਪੁਰ ਦੇ ਨੇੜੇ ਐਕਸੀਡੈਂਟ ਹੋਇਆ, ਇੱਕ ਬਲੈਰੋ ਜਿਹਦੇ ਵਿੱਚ ਮਤਲਬ ਜਾ ਰਹੇ ਸੀਗੇ ਬੰਦੇ ਅਤੇ ਇੱਕ ਡਿਲੀਵਰੀ ਵੈਨ ਸੀਗੀ, ਅਤੇ ਉਹ ਜਿਵੇਂ ਸਾਨੂੰ ਦੱਸ ਰਹੇ ਨੇ ਕਿ ਓਵਰਟੇਕ ਕਰ ਰਹੇ ਸੀਗੇ ਅਤੇ ਉਹਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ। ਉਹਨਾਂ ਨੇ ਗੱਡੀ ਸਾਈਡ 'ਤੇ ਵੀ ਉਤਾਰੀ, ਠੀਕ ਹੈ, ਅਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਆਪਾਂ ਲੈ ਕੇ ਆਏ, 108 'ਤੇ ਕਾਲ ਕਰਤੀ ਸੀਗੀ, ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਅਤੇ ਜਿਹੜੇ ਇੱਕ ਡਿਲੀਵਰੀ ਵੈਨ ਵਾਲੇ ਸੀਗੇ ਉਹ ਗੱਡੀ ਦੇ ਵਿੱਚ ਫਸੇ ਹੋਏ ਸੀਗੇ, ਪਿੰਡ ਵਾਲੇ ਦੀ ਲੋਕਾਂ ਦੀ ਮਦਦ ਨਾਲ ਗੱਡੀ 'ਚੋਂ ਉਹਨਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਵੈਸੇ ਕੋਈ ਡੈਥ ਵਗੈਰਾ ਨਹੀਂ ਹੋਈ, ਸਾਰੇ ਠੀਕ ਹੈ, ਨੋਰਮਲ ਮਾਮੂਲੀ ਸੱਟਾਂ ਹੈ। ਇੰਜਰਡ ਜ਼ਿਆਦਾ ਹੈ? 5 ਜਣੇ ਗੱਡੀ ਵਾਲੇ, ਵੈਨ ਵਾਲੇ ਅਤੇ 1 ਗੱਡੀ ਵਾਲਾ।